ਇਹ ਡਿਪਰੈਸ਼ਨ ਜਿਹੜੀ ਬਿਮਾਰੀ ਇਹ ਹੈ ਕੀ ਚੀਜ਼ ਛਣਾ ਹੋਏਗਾ ਕਿ ਮਨ ਉਦਾਸ ਰਹਿਣਾ ਕੁਝ ਕਰਨ ਨੂੰ ਦਿਲ ਨਾ ਕਰਨਾ ਕਿਸੇ ਚੀਜ਼ ਚ ਰੁਚੀ ਨਾ ਆਉਣਾ ਜਿਹੜੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਇੰਜੋਏ ਕਰਦੇ ਸੀ ਉਹ ਇੰਜੋਏ ਨਾ ਕਰਨਾ ਭੁੱਖ ਨਾ ਲੱਗਣੀ ਨੀਂਦ ਨਾ ਆਉਣੀ ਨਾਵਾਚਕ ਸੋਚਣਾ ਹੋਪਲੈਸ ਹੋ ਜਾਣਾ ਉਮੀਦ ਨਜ਼ਰ ਨਾ ਆਉਣਾ ਇਹ ਸਾਰੀਆਂ ਚੀਜ਼ਾਂ ਦੇ ਜਦੋਂ ਸਿੰਪਟਮ ਇਕੱਠੇ ਹੁੰਦੇ ਨੇ ਤਾਂ ਡਿਪਰੈਸ਼ਨ ਕਿਹਾ ਜਾਂਦਾ ਕੀ ਇਸ ਦੇ ਨਾਲ ਵੀ ਬ੍ਰੇਨ ਦੇ ਉੱਤੇ ਕੋਈ ਇਫੈਕਟ ਪੈ ਸਕਦਾ ਹੈ ਕਿ ਜਿਹੜੇ ਲਗਾਤਾਰ ਆਪਣੀਆਂ ਜਿਹੜੀਆਂ ਦਵਾਈਆਂ ਖਾ ਰਹੇ ਨੇ ਬਿਨਾਂ ਸਲਾਹ ਤੋਂ اور ਅਡਰਾਪਟਲੀ ਬੰਦ ਕਰੀਆਂ ਹੋਈਆਂ ਦਵਾਈਆਂ ਨੁਕਸਾਨ ਜ਼ਰੂਰ ਕਰਦੀਆਂ ਨੇ ਇਸ ਫਰਸਟ੍ਰੇਸ਼ਨ ਦਾ ਸ਼ਿਕਾਰ ਚਾ ਕੇ ਅਕਸਰ ਇਹ ਜੀਆਂ ਚੀਜ਼ਾਂ ਕਰਦੇ ਨੇ ਕਿ ਆਪਣਾ ਨੁਕਸਾਨ ਕਰਨਾ ਦੀਵਾਰ ਦੇ ਵਿੱਚ ਮੁੱਕਾ ਮਾਰਨਾ ਸ਼ੀਸ਼ੇ ਭੰਨਨੇ ਜਾਂ ਬਾਲ ਪਟਣੇ ਜਾਂ ਕਈ ਤਾਂ ਇਸ ਤਰੀਕੇ ਨਾਲ ਹੋ ਜਾਂਦਾ ਕਿ ਆਪਣਾ ਸੁਸਾਈਡ ਵਗੈਰਾ ਤੱਕ ਪਹੁੰਚ ਜਾਂਦੇ ਨੇ ਸੋ ਡਿਪਰੈਸ਼ਨ ਅਕਸਰ ਸਾਨੂੰ ਸੁਸਾਈਡ ਵੱਲ ਲੈ ਜਾਂਦਾ ਸੈਲਫ ਹਰਮ ਵੱਲ ਲੈ ਜਾਂਦਾ ਦੇਖੋ ਸਿੱਧੀ ਜੀ ਗੱਲ ਹੈ ਕਿ ਕੋਈ ਵੀ ਚੀਜ਼ ਆ ਜੇ ਤੁਸੀਂ ਲੋੜ ਤੋਂ ਜ਼ਿਆਦਾ ਇਸਤੇਮਾਲ ਕਰੋਗੇ ਤਾਂ ਉਹ ਬਿਮਾਰੀ ਬਣ ਜਾਊਗੀ ਇਸੇ ਤਰ੍ਹਾਂ ਇਹ ਪਬਜੀ ਨੇ ਇਹਨਾਂ ਦਾ ਸੁਭਾਅ ਹੈ ਇੰਟਰਨੈਟ ਦਾ ਸੁਭਾਅ ਹੈ ਕਿ ਇਹ ਐਡਿਕਟਿਵ ਆ ਸਕਰੀਨ ਆ ਜਿਹੜੀ ਸਕਰੀਨ ਮਤਲਬ ਚਾਹੇ ਫੋਨ ਦੀ ਸਕਰੀਨ ਆ ਚਾਹੇ ਟੀਵੀ ਦੀ ਸਕਰੀਨ ਆ ਚਾਹੇ ਟੈਬ ਦੀ ਸਕਰੀਨ ਆ ਸਕਰੀਨ ਆ ਆਪਣੇ ਆਪ ਦੇ ਵਿੱਚ ਇੱਕ ਐਡਿਕਟਿਵ ਚੀਜ਼ ਆ ਨਸ਼ੇ ਦਾ ਕੰਮ ਕਰਦੀ ਆ ਤੇ ਬੱਚੇ ਸਕਰੀਨ ਦੇ ਐਡਿਕਟ ਹੋ ਜਾਂਦੇ ਨੇ ਜੋ ਵੀ ਸਕਰੀਨ ਉਹਨਾਂ ਨੂੰ ਚਾਹੀਦੀ ਆ ਉਸ ਤੋਂ ਬਿਨਾ ਹੋ ਉਸੇ ਤਰ੍ਹਾਂ ਬਿਹੇਵ ਕਰ ਸਕਦੇ ਨੇ ਜਿਵੇਂ ਇੱਕ ਨਸ਼ੇੜੀ ਨਸ਼ਾ ਨਾ ਮਿਲਣ ਤੇ ਕਰਦਾ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਠੀਕ ਹੋ ਸਕਦਾ ਜੇ ਅਸੀਂ ਸਹੀ ਸਮੇਂ ਤੇ ਸ਼ੁਰੂਆਤੀ ਦੌਰ ਦੇ ਵਿੱਚ ਆਪਣੇ ਸਿੰਪਟਮਾਂ ਨੂੰ ਪਛਾਣ ਲਈਏ ਤੇ ਕਿਸੇ ਪ੍ਰੋਫੈਸ਼ਨਲ ਹੈਲਪ ਦੀ ਮਦਦ ਲਈਏ ਤਾਂ ਇਸ ਨੂੰ ਬੜੀ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਦੋ ਤਰੀਕੇ ਨਾਲ ਹਰ ਇੱਕ ਮਾਨਸਿਕ ਬਿਮਾਰੀ ਦਾ ਇਲਾਜ ਹੁੰਦਾ ਇੱਕ ਦਵਾਈਆਂ ਨਾਲ ਤੇ ਇੱਕ ਕਾਉਂਸਲਿੰਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਦੀਪ ਸਿੰਘ ਲੰਮੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਡਿਪਰੈਸ਼ਨ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਲੋਕ ਇਸ ਦੇ ਬਾਰੇ ਗੱਲ ਨਹੀਂ ਕਰ ਪਾਉਂਦੇ ਖੁੱਲਕੇ ਲੇਕਿਨ ਇਸ ਦੇ ਨਾਲ ਇਹ ਵੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਵਹਿਮ ਹੁੰਦਾ ਹੈ ਕਿ ਡਿਪਰੈਸ਼ਨ ਦੇ ਕਾਰਨ ਉਹਨਾਂ ਦੇ ਨਾਲ ਕੁਝ ਵੀ ਅਨਹੋਣੀ ਹੋ ਸਕਦੀ ਹੈ ਕਿੱਦਾਂ ਉਸ ਨੂੰ ਟਾਲ ਸਕਦੇ ਆ ਕਿੱਦਾਂ ਡਿਪਰੈਸ਼ਨ ਨੂੰ ਠੀਕ ਕਰ ਸਕਦੇ ਆ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਅਸਲ ਡਾਕਟਰ ਤਰਲੋਚਨ ਸਿੰਘ ਜੀ ਮੌਜੂਦ ਨੇ ਸਾਈਕੋਲੋਜਿਸਟ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸਿਆ ਜਾਵੇ ਕਿ ਇਹ ਡਿਪਰੈਸ਼ਨ ਹੈ ਜਿਹੜੀ ਬਿਮਾਰੀ ਇਹ ਹੈ ਕੀ ਚੀਜ਼ ਕਿਉਂਕਿ ਕਈ ਜਣੇ ਕਹਿੰਦੇ ਆ ਇਹ ਮਾਨਸਿਕੀ ਅਜਿਹੀ ਚੀਜ਼ ਹੈ ਕਿ ਜਿਹੜੀ ਆਪਾਂ ਠੀਕ ਕਰ ਸਕਦੇ ਆ ਇਹ ਹੈ ਕੀ ਚੀ ਹਾਂਜੀ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਇਹ ਬਹੁਤ ਹੀ ਖੂਬਸੂਰਤ ਤੇ ਇੰਪੋਰਟੈਂਟ ਵਿਸ਼ਾ ਤੁਸੀਂ ਚੁਣਿਆ ਐਕਚੁਅਲੀ ਡਿਪਰੈਸ਼ਨ ਇੱਕ ਮਨੋਰੋਗ ਹੈ ਪਰ ਇਹ ਡਿਪਰੈਸ਼ਨ ਦਾ ਸ਼ਬਦ ਹੈ ਜਿਹੜਾ ਉਹ ਬਹੁਤ ਹੀ ਕਾਮਨਲੀ ਯੂਜ਼ ਹੁੰਦਾ ਸਾਰਿਆਂ ਵੱਲੋਂ ਕਿਸੇ ਕੋਈ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਬਿਹੇਵਿਓਰਲ ਜਾਂ ਇਮੋਸ਼ਨਲ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਅਸੀਂ ਕਹਿ ਦਿੰਦੇ ਆ ਕਿ ਇਹ ਡਿਪਰੈਸ਼ਨ ਹੋ ਗਿਆ ਇਸ ਨੂੰ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਡਿਪਰੈਸ਼ਨ ਇੱਕ ਬਹੁਤ ਵੱਡੀ ਟਰਮ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਹੀ ਅਸੀਂ ਡਿਪਰੈਸ਼ਨ ਮੰਨਦੇ ਆ ਜਿੰਮੇ ਦਾ ਸਭ ਤੋਂ ਪਹਿਲਾ ਜਿਹੜਾ ਚਿੰਨ੍ਹ ਲੱਛਣ ਆ ਉਹ ਹੈਗਾ ਕਿ ਮਨ ਉਦਾਸ ਰਹਿਣਾ ਕੁਝ ਕਰਨ ਨੂੰ ਦਿਲ ਨਾ ਕਰਨਾ ਕਿਸੇ ਚੀਜ਼ ਚ ਰੁਚੀ ਨਾ ਆਉਣਾ ਜਿਹੜੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਇੰਜੋਏ ਕਰਦੇ ਸੀ ਉਹ ਇੰਜੋਏ ਨਾ ਕਰਨਾ ਭੁੱਖ ਨਾ ਲੱਗਣੀ ਨੀਂਦ ਨਾ ਆਉਣੀ ਔਰ ਸਾਡਾ ਭੁੱਖ ਨਾ ਲੱਗਣ ਕਰਕੇ weight ਦੇ ਵਿੱਚ ਤਬਦੀਲੀ ਹੋਣੀ ਜਾਂ એનર્ਜੀ ਦੀ ਕਮੀ ਮਹਿਸੂਸ ਹੋਣੀ ਉਤਸ਼ਾਹ ਦੀ ਕਮੀ ਹੋਣੀ ਤੇ 네ਗੇਟਿਵ ਸੋਚ ਹੋ ਜਾਣੀ ਨਾਵਾਚਕ ਸੋਚਣਾ ਹੋਪਲੈਸ ਹੋ ਜਾਣਾ ਉਮੀਦ ਨਜ਼ਰ ਨਾ ਆਉਣਾ ਇਹ ਸਾਰੀਆਂ ਚੀਜ਼ਾਂ ਦੇ ਜਦੋਂ ਸਿੰਪਟਮ ਇਕੱਠੇ ਹੁੰਦੇ ਨੇ ਤਾਂ ਡਿਪਰੈਸ਼ਨ ਕਿਹਾ ਜਾਂਦਾ ਸਿਰਫ ਇਕੱਲੀ ਉਦਾਸੀ ਡਿਪਰੈਸ਼ਨ ਨਹੀਂ ਹੁੰਦੀ ਜਾਂ ਇਕੱਲੀ ਚਿੰਤਾ ਡਿਪਰੈਸ਼ਨ ਨਹੀਂ ਹੁੰਦੀ ਉਹ ਹੋਰ ਰੋਗ ਹੋ ਸਕਦਾ ਇਹ ਡਿਪਰੈਸ਼ਨ ਦਾ ਇੱਕ ਲੱਛਣ ਜ਼ਰੂਰ ਆ ਪਰ ਬਹੁਤ ਸਾਰੀਆਂ ਇਕੱਠੇ ਸਿੰਪਟਮ ਜਦੋਂ ਆਉਂਦੇ ਨੇ ਔਰ ਕੁਝ ਲੰਬੇ ਸਮੇਂ ਤੋਂ ਹੋਣਾ ਇਹ ਨਹੀਂ ਹੈਗਾ ਕਿ 2-4 ਦਿਨਾਂ ਤੋਂ ਤੁਸੀਂ ਇਹ ਸੇਮ ਅਨੁਭਵ ਕਰ ਰਹੇ ਹੋ ਤਾਂ ਤੁਸੀਂ ਡਿਪਰੈਸ਼ਨ 'ਚ ਚਲੇਗੇ ਇਹਦਾ ਮਤਲਬ ਹੈ ਕਿ ਤੁਹਾਨੂੰ ਕੁਝ ਖਾਸ ਸਮੇਂ ਤੋਂ ਕਟੋ-ਕਟ 2-3 ਹਫ਼ਤੇ ਤੋਂ ਲਗਾਤਾਰ ਇਹ ਸਾਰਾ ਦਿਨ ਇਸੇ ਤਰ੍ਹਾਂ ਦੀ ਸਥਿਤੀ ਰਹਿ ਰਹੀ ਹੈ ਤਾਂ ਜਾ ਕੇ ਅਸੀਂ ਉਸ ਨੂੰ ਡਿਪਰੈਸ਼ਨ ਕਹਾਂਗੇ ਜੀ ਇਸ ਤੋਂ ਲੱਗਾ ਗੱਲ ਕਰਦੇ ਆ ਕਿ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਆ ਕਿ ਇਸ ਨੂੰ ਠੀਕ ਕੀਤਾ ਜਾਵੇ ਤਾਂ ਕਰਿਆ ਕਿਵੇਂ ਜਾਵੇ ਕਿਉਂਕਿ ਲੋਕ ਇਸ ਦੇ ਬਾਰੇ ਗੱਲ ਕਰਨ ਨੂੰ ਕਤਰਉਂਦੇ ਹੁੰਦੇ ਨੇ ਅਗਲਾ ਕਹਿੰਦਾ ਵੀ ਮੈਂ ਗੱਲ ਕਰੂੰਗਾ ਕਰਦੇ ਨਾਲ ਘਰ ਦੇ ਵੀ ਟੈਨਸ਼ਨ ਲੈਣਗੇ ਇਸ ਨੂੰ ਲੈ ਕੇ ਤਾਂ ਉਹ ਕਿਦਾਂ ਠੀਕ ਹੋ ਸਕਦੀ ਹੈ ਇਹ ਬਿਲਕੁਲ ਦੇਖੋ ਡਿਪਰੈਸ਼ਨ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਬਿਮਾਰੀ ਬਣ ਚੁੱਕੀ ਹੈ ਅੱਜਕੱਲ੍ਹ ਕਿਉਂਕਿ ਅਸੀਂ ਯੋਗ ਸਮੇਂ ਤੇ ਪਹਿਲਾਂ ਚ ਇਹਦਾ ਇਸ ਚੀਜ਼ ਦੀ ਇਨੀਸ਼ੀਏਟ ਨਹੀਂ ਕਰਦੇ ਸਹੀ ਸਮੇਂ ਤੇ ਪ੍ਰੋਫੈਸ਼ਨਲ ਹੈਲਪ ਨੂੰ ਨਹੀਂ ਲੈਂਦੇ ਮੇਬੀ ਝਿਜਕ ਦੇ ਕਾਰਨ ਸ਼ਰਮ ਦੇ ਕਾਰਨ ਡਰ ਦੇ ਕਾਰਨ ਜਾਂ ਸਾਨੂੰ ਪਤਾ ਹੀ ਨਹੀਂ ਵੀ ਇਹਦਾ ਇਲਾਜ ਕਿੱਥੋਂ ਲੈਣਾ ਇਸ ਕਰਕੇ ਚੀਜ਼ ਜਦੋਂ ਬਹੁਤ ਵਿਗੜ ਜਾਂਦੀ ਹੈ ਇਸ ਕਰਕੇ ਉਹ ਬਹੁਤ ਸਵियर ਤੇ ਗੰਭੀਰ ਲੈਵਲ ਤੇ ਫਿਰ ਹਸਪਤਾਲਾਂ ਦੇ ਵਿੱਚ ਦਾਖਲ ਰਹਿ ਰਹਿ ਕੇ ਲੋਕੀ ਇਲਾਜ ਕਰਦੇ ਨੇ ਔਰ ਉਹਨਾਂ ਹੀ ਇਲਾਜ ਵੀ ਮੁਸ਼ਕਲ ਹੋ ਜਾਂਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਠੀਕ ਹੋ ਸਕਦਾ ਜੇ ਅਸੀਂ ਸਹੀ ਸਮੇਂ ਤੇ ਸ਼ੁਰੂਆਤੀ ਦੌਰ ਦੇ ਵਿੱਚ ਆਪਣੇ ਸਿੰਪਟਮਾਂ ਨੂੰ ਪਹਿਚਾਣ ਲਈਏ ਤੇ ਕਿਸੇ ਪ੍ਰੋਫੈਸ਼ਨਲ ਹੈਲਪ ਦੀ ਮਦਦ ਲਈਏ ਤਾਂ ਇਸ ਨੂੰ ਬੜੀ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ। ਇਹ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਘਰ ਦੇ ਘਰੇਲੂ ਹਿੰਸਾ ਜਿਵੇਂ ਉਹਦੇ ਘਰੇਲੂ ਕਈ ਅਜਿਹੀ ਪ੍ਰੋਬਲਮਸ ਹੁੰਦੀਆਂ ਨੇ ਕਿ ਉਹਨਾਂ ਨੂੰ ਵੀ ਮੰਨ ਸਕਦੇ ਕਿ ਉਸ ਦੇ ਕਾਰਨ ਵੀ ਕਈ ਲੋਕ ਜੜੇ ਅਜਿਹਾ ਸ਼ਿਕਾਰ ਹੋ ਜਾਂਦੇ ਨੇ। ਮੈਂ ਤੁਹਾਨੂੰ ਇੱਕ ਬਹੁਤ ਸੌਖੇ ਤਰੀਕੇ ਨਾਲ ਸਮਝਾਉਣਾ ਚਾਹਣਾ ਕਿ ਮਨੋਵਿਗਿਆਨ ਹੈ ਜਿਹੜਾ ਸਾਈਕੋਲੋਜੀ ਹੈ। ਪਹਿਲਾਂ ਤਾਂ ਇਹ ਹੈ ਕਿ ਡਿਪਰੈਸ਼ਨ ਦੇ ਇਲਾਜ ਦੇ ਮੈਂ ਤੁਹਾਨੂੰ ਇੱਕ ਸੌਖੀ ਭਾਸ਼ਾ 'ਚ ਦੱਸਦਾ ਕਿ ਦੋ ਤਰੀਕੇ ਨਾਲ ਹਰ ਇੱਕ ਮਾਨਸਿਕ ਬਿਮਾਰੀ ਇੱਕ ਦਵਾਈਆਂ ਨਾਲ ਤੇ ਇੱਕ ਕਾਉਂਸਲਿੰਗ ਦੇ ਨਾਲ ਕਾਉਂਸਲਿੰਗ ਆ ਜਿਹੜੀ ਉਹ ਬੰਦੇ ਨੂੰ ਇਹ ਸਯੋਗ ਬਣਾਉਂਦੀ ਆ ਕਿ ਉਹ ਆਪਣੇ ਜਿਹੜੇ ਨੈਗੇਟਿਵ ਵਿਚਾਰ ਨੇ ਆਪਣੇ ਆਪ ਇਸ ਚੀਜ਼ ਨੂੰ ਕਰੈਕਟ ਕਰ ਲਵੇ ਤੇ ਆਪਣੀ ਪੂਨ ਪੂਰੀ ਸ਼ਕਤੀ ਤੇ ਆਪਣਾ ਉਤਸ਼ਾਹ ਨੂੰ ਵਾਪਸ ਪੈਦਾ ਕਰੇ ਤੇ ਉਸ ਚੀਜ਼ ਨੂੰ ਆਪਣੇ ਲੈਵਲ ਤੇ ਹੀ ਡੀਲ ਕਰ ਲਵੇ ਮਤਲਬ ਕਾਉਂਸਲਿੰਗ ਤੁਹਾਨੂੰ ਟ੍ਰੇਨਿੰਗ ਦਿੰਦੀ ਆ ਕਿ ਰੋਜ਼ਮਰਾਂ ਦੀਆਂ ਸਟ੍ਰੈਸਫੁੱਲ ਚੀਜ਼ਾਂ ਨਾਲ ਜਿਵੇਂ ਤੁਸੀਂ ਕਿਹਾ ਘਰੇਲੂ ਹਿੰਸਾ ਜਾਂ ਬਿਜ਼ਨਸ 'ਚ ਘਾਟਾ ਜਾਂ ਕੋਈ ਕੰਮ ਨਾ ਬਣਨਾ ਇਹ ਚੀਜ਼ਾਂ ਨੂੰ ਪੋਜੀਟਿਵਲੀ ਕਿਵੇਂ ਕੋਪ ਕਰਨਾ ਤਾਂ ਕਿ ਇਹ ਅੱਗੇ ਜਾ ਕੇ ਡਿਪਰੈਸ਼ਨ ਨਾ ਬਣੇ ਔਰ ਜਿੱਥੋਂ ਤੱਕ ਦਵਾਈਆਂ ਦਾ ਸਵਾਲ ਹੈ ਕਿ ਜਦੋਂ ਅਸੀਂ ਲੇਟ ਹੋ ਜਾਾਂਗੇ ਸਹੀ ਸਮੇਂ ਤੇ ਨਾ ਚੀਜ਼ਾਂ ਨੂੰ ਨਹੀਂ ਮੈਨੇਜ ਕਰਾਂਗੇ ਤਾਂ ਅਕਸਰ ਸਾਡੇ ਬ੍ਰੇਨ ਦੇ ਵਿੱਚ ਵੀ ਕੁਝ ਇਹੋ ਜਿਹੇ ਨੀਰੋਕੈਮੀਕਲ ਚੇਂਜਸ ਹੋ ਜਾਂਦੀਆਂ ਨੇ ਜਿੱਥੇ ਅਕਸਰ ਸਾਨੂੰ ਫਿਰ ਦਵਾਈਆਂ ਦੀ ਮਦਦ ਲੈਣ ਦੀ ਵੀ ਲੋੜ ਪੈਂਦੀ ਆ ਪਰ ਸਹੀ ਇਲਾਜ ਆ ਜਿਹੜਾ ਪੂਰਨ ਤੌਰ ਤੇ ਠੀਕ ਕਰਨ ਦਾ ਉਹ ਇਹੀ ਆ ਕਿ ਦਵਾਈਆਂ ਦੀ ਮਦਦ ਨਾਲ ਅਸੀਂ ਕੁਝ ਸਿੰਪਟਮਾਂ ਤੋਂ ਨਜਾਤ ਪਾਵਾਂਗੇ ਪਰ ਲੰਬੇ ਸਮੇਂ ਲਈ ਅਸੀਂ ਕੁਝ ਸਿੱਖਾਂਗੇ ਤਾਂ ਕਿ ਇਹੋ ਜੀਆਂ ਸਥਿਤੀਆਂ ਨੂੰ ਅਸੀਂ ਕਿਵੇਂ ਮੈਨੇਜ ਕਰੀਏ ਆਪਣੇ ਲੈਵਲ ਤੇ ਤਾਂ ਕਿ ਇਹ ਡਿਪਰੈਸ਼ਨ 'ਚ ਨਾ ਬਦਲਣ ਜਿੰਨਾ ਕਈ ਲੋਕਾਂ ਦੀ ਜਿਹੜੀ ਹੈ ਪੇਸ਼ੈਂਟ ਹੁੰਦੇ ਨੇ ਉਹਨਾਂ ਦੀ ਲਗਾਤਾਰ ਦਵਾਈ ਚੱਲਦੀ ਆਉਂਦੀ ਹੁੰਦੀ ਹੈ ਉਹਨਾਂ ਦੀ ਡੋਸ ਜਿਹੜੀ ਹੈ ਉਹ ਘਟਾਈ ਜਾਂਦੀ ਹੈ ਹੌਲੀ-ਹੌਲੀ ਘਟਾਈ ਜਾਂਦੇ ਕਈਆਂ ਨੂੰ 4-4 ਮਹੀਨੇ 5-5 ਮਹੀਨੇ ਹੋ ਜਾਂਦੇ ਨੇ ਉਸੇ ਤਰ੍ਹਾਂ ਮੈਡੀਸਨ ਖਾਂਦਿਆਂ ਹੋਇਆਂ ਕਿ ਇਸ ਦੇ ਨਾਲ ਵੀ ਬ੍ਰੇਨ ਦੇ ਉੱਤੇ ਕੋਈ ਇਫੈਕਟ ਪੈ ਸਕਦਾ ਹੈ ਕਿ ਜਿਹੜੇ ਲਗਾਤਾਰ ਆਪਣੀਆਂ ਜਿਹੜੀਆਂ ਦਵਾਈਆਂ ਖਾ ਰਹੇ ਨੇ ਬਿਲਕੁਲ ਦੇਖੋ ਮਨੋ ਰੋਗਾਂ ਦੀਆਂ ਦਵਾਈਆਂ ਨੇ ਜਿਹੜੀਆਂ ਉਹ ਨੋ ਡਾਊਟ ਉਹ ਲੰਬੀਆਂ ਚੱਲਦੀਆਂ ਨੇ ਪਰ ਇਹ ਕਹਿਣਾ ਸਹੀ ਨਹੀਂ ਕਿ ਉਹਨਾਂ ਦਾ ਇਹ ਨੁਕਸਾਨ ਹੀ ਹੁੰਦਾ ਜਦੋਂ ਅਸੀਂ ਨਿਗਰਾਨੀ ਹੇਠ ਇੱਕ ਯੋਗ ਸੁਪਰਵਾਈਜ਼ਨ ਡਾਕਟਰ ਦੀ ਸਲਾਹ ਨਾਲ ਉਸ ਦਾ ਫੇਰ ਬਦਲ ਕਰਾਂਗੇ ਜਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਲਵਾਂਗੇ ਤਾਂ ਜਰੂਰ ਨੁਕਸਾਨ ਹੁੰਦਾ ਅਗਰ ਡਾਕਟਰ ਤੁਹਾਨੂੰ ਗਾਈਡ ਕਰ ਰਿਹਾ ਉਸ ਦੇ ਹਿਸਾਬ ਨਾਲ ਡਾਕਟਰ ਦੀ ਦਵਾਈ ਦੇਣ ਦਾ ਹਰ ਇੱਕ ਦਾ ਸਿਸਟਮ ਹੈ ਉਸ ਨੇ ਕਦੋਂ ਬੁਧਾਣੀ ਕਦੋਂ ਕਟਾਣੀ ਉਹ ਸਾਰੀ ਤੁਹਾਡੀ ਹਿਸਟਰੀ ਲੈ ਕੇ ਤੁਹਾਨੂੰ ਹਰ ਫਾਲੋਅ ਅਪ ਤੇ ਦੇਖ ਕੇ ਕੁਝ ਡਿਸਾਈਡ ਕਰਦਾ ਤੇ ਉਸ ਹਿਸਾਬ ਨਾਲ ਚੱਲਾਂਗੇ ਤਾਂ ਦਵਾਈਆਂ ਜ਼ਰੂਰੀ ਨਹੀਂ ਕਿ ਨੁਕਸਾਨ ਕਰਨੀਆਂ ਪਰ ਬਹੁਤ ਲੋਕ ਆਪ ਹੀ ਸੋਚ ਲੈਂਦੇ ਨੇ ਕਿ ਯਾਰ ਮੈਂ ਦਵਾਈ ਨਹੀਂ ਲੈਣੀ ਮੈਂ ਬੰਦ ਕਰ ਦੇਣਾ ਬਿਨਾਂ ਡਾਕਟਰ ਦੀ ਸਲਾਹ ਤੋਂ ਇਸ ਤਰ੍ਹਾਂ ਦੀ ਡੋਜ਼ਸ ਤੇ ਬੰਦ ਕਰ ਦਿੰਦੇ ਨੇ ਜੋ ਡਾਕਟਰ ਚਾਹ ਰਿਹਾ ਹੁੰਦਾ ਕਿ ਇਹਦੀ ਹਜੇ ਘਟਾ ਕੇ ਬੰਦ ਕਰੀਏ ਉਹ ਫਿਰ ਬਿਨਾਂ ਸਲਾਹ ਤੋਂ ਔਰ ਅਬ੍ਰਪਟਲੀ ਬੰਦ ਕਰੀਆਂ ਹੋਈਆਂ ਦਵਾਈਆਂ ਨੁਕਸਾਨ ਜ਼ਰੂਰ ਕਰਦੀਆਂ ਨੇ ਪਰ ਅ ਜੋ ਦਵਾਈ ਹੈ ਉਸ ਤੋਂ ਇਲਾਵਾ ਮੈਂ ਚਾਹੁੰਗਾ ਕਿ ਜੋ ਮੇਰਾ ਆਪਣਾ ਏਰੀਆ ਹੋ ਕਾਉਂਸਲਿੰਗ ਸਾਈਕੋਥੈਰੇਪੀ ਦਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਬਿਮਾਰੀ ਡਿਪਰੈਸ਼ਨ ਨਾ ਖਾਸ ਤੌਰ ਤੇ ਤੁਸੀਂ ਪੁੱਛਿਆ ਸੀ ਹੁੰਦਾ ਕਿਉਂ ਡਿਪਰੈਸ਼ਨ ਹੋਣ ਦੇ ਹਜ਼ਾਰਾਂ ਕਾਰਨ ਹੋ ਸਕਦੇ ਨੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਗਮੀ ਜਾਂ ਕੋਈ ਲਾਸ ਹੋ ਸਕਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਕਿਸੇ ਨੂੰ ਘਰੇਲੂ ਹਿੰਸਾ ਘਰੇਲੂ ਤਣਾਅ ਪੈਦਾ ਕਰ ਸਕਦਾ ਕਿਸੇ ਨੂੰ ਬਿਜ਼ਨਸ ਦੇ ਵਿੱਚ ਪ੍ਰੋਬਲਮ ਆਈਆਂ ਨੇ ਉਸ ਵਜ੍ਹਾ ਕਰਕੇ ਹੋ ਸਕਦਾ ਉਹ ਕਾਰਨ ਜਾਇਜ ਕਾਰਨ ਨੇ ਪਰ ਡਿਪਰੈਸ਼ਨ ਅਸੀਂ ਉਦੋਂ ਕਹਿੰਦੇ ਆ ਕਿ ਜਦੋਂ ਕਾਰਨ ਉਹਨੇ ਮਹੱਤਵਪੂਰਨ ਨਹੀਂ ਰਹੇ ਔਰ ਫਿਰ ਵੀ ਤੁਸੀਂ ਉਸ ਗਮੀ ਦੇ ਵਿੱਚ ਹਜੇ ਲੰਬੇ ਸਮੇਂ ਲਈ ਚੱਲੀ ਜਾ ਰਹੇ ਹੋ ਕੋਈ ਸੁਪੋਜ਼ ਕੋਈ ਥੋੜੀ ਕੀਮਤੀ ਨੁਕਸਾਨ ਹੋ ਜਾਏ ਸੁਪੋਜ਼ ਮੇਰਾ ਕੋਈ ਮੋਬਾਈਲ ਆ ਹੁਣ ਥੱਲੇ ਇੱਕਦਮ ਡਿੱਗ ਜਾ ਔਰ ਉਹਦੀ ਸਕਰੀਨ ਟੁੱਟ ਗਈ ਤਾਂ ਉਸ ਟੁੱਟੀ ਹੋਈ ਸਕਰੀਨ ਨੂੰ ਦੇਖ ਕੇ ਮੇਰੇ ਮਨ 'ਚ ਵੀ ਉਦਾਸੀ ਹੋਊਗਾ ਕੁਝ ਕਰਨ ਨੂੰ ਦਿਲ ਨਹੀਂ ਕਰੂਗਾ ਔਰ ਮੈਂ ਖਿਜੇ ਖਿਜੇ ਰਹੂਗਾ ਔਰ ਹੋ ਸਕਦਾ ਕਿ ਮੈਂ ਹੂਪਲੈਸ ਹੋ ਜਾ ਕਿ ਯਾਰ ਮੇਰਾ ਤਾਂ ਨੁਕਸਾਨ ਹੀ ਹੁੰਦਾ ਪਰ ਕੁਝ ਘੰਟਿਆਂ ਬਾਅਦ ਜਦੋਂ ਮੈਨੂੰ ਪਤਾ ਕਿ ਮੈਂ ਸਰਵਿਸ ਸੈਂਟਰ ਚੋਂ ਨੂੰ ਰਿਪੇਅਰ ਕਰਾ ਲਿਆ ਔਰ ਮੇਰੀ ਉਦਾਸੀ ਹੋ ਚਲੀ ਜਾਊਗੀ ਪਰ ਡਿਪਰੈਸ਼ਨ ਤੇ ਜਿਸ ਤਰ੍ਹਾਂ ਨਹੀਂ ਹੁੰਦਾ ਦੁੱਖ ਦੇਣ ਵਾਲੀ ਪਰੇਸ਼ਾਨ ਕਰਨ ਵਾਲੀ ਚੀਜ਼ ਪੁਰਾਣੀ ਹੋ ਚੁੱਕੀ ਹੁੰਦੀ ਆ ਲੰਘ ਚੁੱਕੀ ਹੁੰਦੀ ਆ ਪਰ ਉਹ ਜਿਹੜੀ ਉਦਾਸੀ ਆ ਚਿੰਤਾ ਔਰ ਸਿੰਪਟਮ ਨੇ ਉਹ ਫਿਰ ਵੀ ਰਹਿੰਦੇ ਨੇ ਇਸ ਕਰਕੇ ਉਸ ਨੂੰ ਰੋਗ ਮੰਨਿਆ ਜਾਂਦਾ ਨਹੀਂ ਉਦਾਸੀ ਹੋਣਾ ਤਾਂ ਸੁਭਾਵਿਕ ਆ ਮਨੁੱਖੀ ਸੁਭਾਅ ਦਾ ਹਿੱਸਾ ਤੁਸੀਂ ਉਦਾਸ ਹੋ ਸਕਦੇ ਆ ਕਿਸੇ ਵੀ ਨੁਕਸਾਨ ਤੇ ਜਾਂ ਪਰੇਸ਼ਾਨੀ ਚ ਅੱਛਾ ਇਹ ਨੂੰ ਮੰਨ ਸਕਦੇ ਵੀ ਕਿ ਜੇ ਕਈ ਲੋਕ ਜਿਹੇ ਹੁੰਦੇ ਨੇ ਜੋ ਖਿਜਦੇ ਨਹੀਂ ਬਹੁਤ ਜ਼ਿਆਦਾ ਖਿਜਣ ਲੱਗ ਜਾਂਦੇ ਨੇ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਬਹੁਤ ਚੇਂਜਸ ਆ ਜਾਂਦੇ ਨੇ ਛੋਟੇ ਛੋਟੇ ਗੱਲ ਦੇ ਉੱਤੇ ਉਹਨਾਂ ਨੇ ਆਪਣੇ ਵਾਲਾਂ ਨੂੰ ਖੁਚਣਾ ਕੋਈ ਕੋਸ਼ਿਸ਼ ਕਰਨਾ ਜਿਸ ਤਰੀਕੇ ਨਾਲ ਇੱਕ ਚੀਜ਼ ਹੀ ਪਟਕੇ ਕਿਸੇ ਦਿਵਾਰ ਨੂੰ ਹੋਣਾ ਵੀ ਹਾਂ ਅਲੱਗ ਹੀ ਤਰੀਕੇ ਦਾ ਐਟੀਟਿਊਡ ਦਿਖਾਉਣਾ ਹਨਾ ਕਿ ਇਸ ਨੂੰ ਵੀ ਮੰਨਿਆ ਜਾ ਸਕਦਾ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਉਹ ਬਿਲਕੁਲ ਜਿਹੜਾ ਇਹ ਖਿਜਾ ਫਰਸਟ੍ਰੇਸ਼ਨ ਆ ਐਂਗਰ ਆ ਜਿਹੜਾ ਐਂਗਰ ਦੇ ਬਹੁਤ ਸਾਰੇ ਰੂਪ ਨੇ ਕੁਝ ਐਂਗਰ ਬਾਹਰ ਵੱਲੋਂ ਆਉਂਦੇ ਨੇ ਔਰ ਕੁਝ ਐਂਗਰ ਅੰਦਰ ਵੱਲੋਂ ਆਉਂਦੇ ਨੇ ਅੰਦਰ ਵੱਲ ਮੀਨਸ ਮੰਦੇ ਚੁੱਪ ਰਹਿੰਦੇ ਨੇ ਬੋਲਦੇ ਨਹੀਂ ਗੱਲ ਨਹੀਂ ਕਰਦੇ ਕਿਸੇ ਨਾਲ ਓਵਾਇਡੈਂਸ ਚਲੇ ਜਾਂਦੇ ਨੇ ਕੁਝ ਬਾਹਰੀ ਰੂਪ ਚ ਐਂਗਰ ਕੱਢਦੇ ਨੇ ਕੋਈ ਚੀਜ਼ ਤੋੜਦੇ ਨੇ ਕੋਈ ਉੱਚੀ ਬੋਲਦੇ ਨੇ ਔਰ ਕੁਝ ਆਪਣੇ ਆਪ ਤੇ ਐਂਗਰ ਸੈਲਫ ਹਾਰਮ ਜਿਹਨੂੰ ਕਹਿੰਨੇ ਡਿਪਰੈਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਦੇਖੇ ਜਾਂਦੇ ਨੇ ਕਿ ਜੋ ਫਰਸਟ੍ਰੇਸ਼ਨ ਖੁੰਦਕ ਖਿਜ ਕਰਕੇ ਆਪਣਾ ਖੁਦ ਦਾ ਨੁਕਸਾਨ ਕਰਦੇ ਨੇ ਕਿਉਂਕਿ ਉਹ ਮਜਬੂਰ ਮਹਿਸੂਸ ਕਰਦੇ ਨੇ ਹੈਲਪਲੈਸ ਮਹਿਸੂਸ ਕਰਦੇ ਨੇ ਔਰ ਉਹਨਾਂ ਨੂੰ ਲੱਗਦਾ ਕਿ ਮੇਰਾ ਕੁਝ ਚਾਰਾ ਨਹੀਂ ਮੇਰੇ ਕੋਲ ਕੋਈ ਹੱਲ ਦਿਖਾਈ ਨਹੀਂ ਦੇ ਰਿਹਾ ਤਾਂ ਉਹ ਇਸ ਫਰਸਟ੍ਰੇਸ਼ਨ ਦਾ ਸ਼ਿਕਾਰ ਚਾ ਕੇ ਅਕਸਰ ਇਹ ਜੀਆਂ ਚੀਜ਼ਾਂ ਕਰਦੇ ਨੇ ਕਿ ਆਪਣਾ ਨੁਕਸਾਨ ਕਰਨਾ ਦੀਵਾਰ ਦੇ ਵਿੱਚ ਮੁੱਕਾ ਮਾਰਨਾ ਸ਼ੀਸ਼ੇ ਭੰਨਨੇ ਜਾਂ ਬਾਲ ਪਟਣਨੇ ਜਾਂ ਕਈ ਤਾਂ ਇਸ ਤਰੀਕੇ ਨਾਲ ਹੋ ਜਾਂਦਾ ਕਿ ਆਪਣਾ ਸੁਸਾਈਡ ਵਗੈਰਾ ਤੱਕ ਪਹੁੰਚ ਜਾਂਦੇ ਨੇ ਆਤਮ ਹੱਤਿਆ ਦੇ ਵਿਚਾਰ ਆਉਣੇ ਔਰ ਉਸ ਵਿਚਾਰਾਂ ਦੇ ਆਖੇ ਲਾ ਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਸਟੈਪ ਚੱਕ ਵੀ ਲੈਂਦੇ ਨੇ ਔਰ ਬਹੁਤ ਸਾਰੀਆਂ ਮੌਤਾਂ ਡਿਪਰੈਸ਼ਨ ਕਰਕੇ ਹੁੰਦੀਆਂ ਨੇ ਡਾਟਾ ਕਹਿੰਦਾ ਕਿ ਸੁਸਾਈਡ ਕਰਨ ਦੇ ਵਿੱਚ ਬਹੁਤ ਵੱਡਾ ਹਿੱਸਾ ਡਿਪਰੈਸ਼ਨ ਦਾ ਵੀ ਆ ਸੋ ਡਿਪਰੈਸ਼ਨ ਅਕਸਰ ਸਾਨੂੰ ਸੁਸਾਈਡ ਵੱਲ ਲੈ ਜਾਂਦਾ ਸੈਲਫ ਹਰਮ ਵੱਲ ਲੈ ਜਾਂਦਾ ਇਹ ਇੱਕ ਹੋਰ ਪਿਛਲੇ ਲਾਕਡਾਊਨ ਦੇ ਵਿੱਚ ਦੇਖ ਲੈਂਦੇ ਆ ਕਿ ਐਜੂਕੇਸ਼ਨ ਪਾਲਿਸੀ ਵੀ ਚੇਂਜ ਕੀਤੀ ਗਈ ਸੀਗੀ ਉਸ ਤੋਂ ਪਹਿਲਾਂ ਗੱਲ ਕੀਤੀ ਹੈ ਲਾਕਡਾਊਨ ਪੀਰੀਅਡ ਦੇ ਵਿੱਚ ਆਨਲਾਈਨ ਕਲਾਸਿਸ ਵੀ ਲੱਗੀਆਂ ਬਹੁਤ ਸਾਰੇ ਅਜਿਹੇ ਪੇਰੈਂਟਸ ਹੁੰਦੇ ਨੇ ਜੋ ਕਹਿੰਦੇ ਨੇ ਸਾਡੇ ਬੱਚੇ ਜਿਹੜੇ ਆਨਲਾਈਨ ਕਲਾਸ ਲਗਾਉਂਦੇ ਨੇ ਆਨਲਾਈਨ ਕਲਾਸ ਲਗਾਉਣ ਤੋਂ ਬਾਅਦ ਪਬਜੀ ਖੇਡ ਲੈਂਦੇ ਨੇ ਜਾਂ ਕੋਈ ਗੇਮ ਖੇਡਦੇ ਨੇ ਜਿੰਨਾ ਦੇ ਨਾਲ ਬੱਚਿਆਂ ਦੇ ਦਿਮਾਗ ਚੱਲਦੇ ਨੇ ਦਾ ਰਾਤ ਨੂੰ ਵੀ ਉਹ ਰਾਤ ਨੂੰ ਹੀ ਪੇਪੇ ਕਰੀ ਜਾਣਗੇ ਜਿਸ ਤਰ੍ਹਾਂ ਕਹਿੰਦੇ ਵੀ ਉਹ ਦੇਖੋ ਜੀ ਉਧਰ ਹੋਇਆ ਇਹ ਆ ਗਿਆ ਉਧਰ ਉਹ ਆ ਗਿਆ ਜਿਵੇਂ ਪਬਜੀ ਦੇ ਵਿੱਚ ਕਰਦੇ ਨੇ ਬੱਚੇ ਕਿ ਇਸ ਦੇ ਨਾਲ ਬੱਚਿਆਂ ਦੇ ਦਿਮਾਗ ਦੇ ਉੱਤੇ ਅਸਰ ਜ਼ਿਆਦਾ ਪੈ ਸਕਦਾ ਹੈ ਦੇਖੋ ਆਪਾਂ ਪਹਿਲਾਂ ਵੀ ਬਹੁਤ ਵਾਰ ਤੁਹਾਡੇ ਚੈਨਲ ਤੇ ਇਹ ਗੱਲ ਕੀਤੀ ਆ ਕਿ ਜਿਹੜਾ ਲਾਕਡਾਊਨ ਦੇ ਦੌਰਾਨ ਆਨਲਾਈਨ ਕਲਾਸਾਂ ਨੇ ਨੋ ਡਾਊਟ ਹੁਣ ਕੋਈ ਚਾਰਾ ਨਹੀਂ ਸੀ ਇਸ ਕਰਕੇ ਕਰਨੀਆਂ ਪਈਆਂ ਪਰ ਜਿਹੜੀ ਪੂਰਾ ਸੰਪੂਰਨ ਵਿਕਾਸ ਕਿਸੇ ਦੀ ਪਰਸਨੈਲਿਟੀ ਦਾ ਹੁੰਦਾ ਉਹ ਫਿਜ਼ੀਕਲ ਕਲਾਸ ਜੀ ਹੋ ਸਕਦਾ ਕਿਉਂਕਿ ਉੱਥੇ ਇੱਕ ਦੂਸਰੇ ਨਾਲ ਮਿਲਵਰਤਨ ਦੂਜੇ ਨਾਲ ਗੱਲਬਾਤ ਕਰਨੀ ਸੋਸ਼ਲ ਸਰਕਲ ਡਿਵੈਲਪ ਕਰਨਾ ਜ਼ਿੰਮੇਵਾਰੀ ਦੀ ਭਾਵਨਾ ਆਉਣਾ ਰਿਸ਼ਤੇ ਨਾਤਿਆਂ ਦੇ ਵਿੱਚ ਆਦਾਨ-ਪ੍ਰਵਾਨ ਕਰਨਾ ਔਰ ਕੀ ਸਹੀ ਹੈ ਕੀ ਨਹੀਂ ਸਹੀ ਹੈ ਸਮਾਜ ਦੇ हिसाब ਨਾਲ ਇਹ ਸਾਰੀਆਂ ਚੀਜ਼ਾਂ ਗਰੁੱਪ ਬਿਹੇਵੀਅਰ ਸਮੂਹ ਚ ਹੀ ਸਿੱਖੀਆਂ ਜਾ ਸਕਦੀਆਂ ਨੇ ਔਰ ਇਸ ਕਰਕੇ ਜਦੋਂ ਆਨਲਾਈਨ ਅਸੀਂ ਸਕਰੀਨ ਤੇ ਬੈਠਾਂਗੇ ਤਾਂ ਉਹ ਬਹੁਤ ਸਾਰੇ ਬ੍ਰੇਨ ਦੇ ਸਾਡੀ ਪਰਸਨੈਲਿਟੀ ਦੇ ਬਹੁਤ ਸਾਰੇ ਹਿੱਸੇ ਹੈ ਜਿਹਨ ਜਿਹੜੇ ਕਿ ਡਵੈਲਪ ਤੇ ਰਹਿ ਜਾਂਦੇ ਨੇ ਔਰ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਕਿ ਕੀ ਯੋਗ ਆ ਕੀ ਨਹੀਂ ਔਰ ਅਹੀ ਗੱਲ ਗੇਮ ਦੀ ਦੇਖੋ ਸਿੱਧੀ ਜੀ ਗੱਲ ਆ ਕਿ ਕੋਈ ਵੀ ਚੀਜ਼ ਆ ਜਦੋਂ ਲੋੜ ਤੋਂ ਜ਼ਿਆਦਾ ਇਸਤੇਮਾਲ ਕਰੋਗੇ ਤਾਂ ਉਹ ਬਿਮਾਰੀ ਬਣ ਜਾਊਗੀ ਇਸੇ ਤਰ੍ਹਾਂ ਇਹ ਪਬਜੀ ਨੇ ਇਹਨਾਂ ਦਾ ਸੁਭਾਅ ਹੈ ਇੰਟਰਨੈਟ ਦਾ ਸੁਭਾਅ ਹੈ ਕਿ ਇਹ ਐਡਿਕਟਿਵ ਆ ਸਕਰੀਨ ਆ ਜਿਹੜੀ ਸਕਰੀਨ ਮਤਲਬ ਚਾਹੇ ਫੋਨ ਦੀ ਸਕਰੀਨ ਆ ਚਾਹੇ ਟੀਵੀ ਦੀ ਸਕਰੀਨ ਆ ਚਾਹੇ ਟੈਬ ਦੀ ਸਕਰੀਨ ਆ ਸਕਰੀਨ ਆਪਦੇ ਆਪ ਦੇ ਵਿੱਚ ਇੱਕ ਐਡਿਕਟਿਵ ਚੀਜ਼ ਆ ਨਸ਼ੇ ਦਾ ਕੰਮ ਕਰਦੀ ਆ ਤੇ ਬੱਚੇ ਸਕਰੀਨ ਦੇ ਐਡਿਕਟ ਹੋ ਜਾਂਦੇ ਨੇ ਜੋ ਵੀ ਸਕਰੀਨ ਉਹਨਾਂ ਨੂੰ ਚਾਹੀਦੀ ਆ ਉਸ ਤੋਂ ਬਿਨਾ ਹੋ ਉਸੇ ਤਰ੍ਹਾਂ ਬਿਹੇਵ ਕਰ ਸਕਦੇ ਨੇ ਜਿਵੇਂ ਇੱਕ ਨਸ਼ੇੜੀ ਨਸ਼ਾ ਨਾ ਮਿਲਣ ਤੇ ਕਰਦਾ ਈਲਾ ਸਵਾਲਾ ਜੀ ਮੇਰਾ ਹੁਣ ਲੁਧਿਆਣਾ ਵਾਸੀਆਂ ਨੂੰ ਸਮਾਜ ਦੇ ਲੋਕਾਂ ਨੂੰ ਜੋ ਛੋਟੇ ਛੋਟੇ ਗੱਲ ਦੇ ਉੱਤੇ ਆਪਣਾ ਜਿਹੜੇ ਆ ਫਿਕਰ ਕਰਦੇ ਬੈਠਦੇ ਹੁੰਦੇ ਨੇ ਨਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਲੋਕਾਂ ਨੂੰ ਤੇ ਜਿਹੜੇ ਬੱਚੇ ਹੁਣ ਪੜ੍ਹਾਈ ਕਰ ਰਹੇ ਨੇ ਟੈਨਸ਼ਨ ਬਹੁਤ ਲੈਂਦੇ ਨੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਸਨੇਹ ਦੇਣਾ ਚਾਹੁੰਦੇ ਹੋ ਮੇਰਾ ਸਨੇਹਾ ਇਹ ਹੀ ਹੈ ਜੀ ਆਖਰੀ ਬਹੁਤ ਚੰਗੀ ਤਰ੍ਹਾਂ ਮੰਨਦਾ ਮਨੋਵਨ ਮਗਾ ਦਾ ਸਾਈਕੋਲੋਜੀ ਦਾ ਸਿਧਾਂਤ ਆ ਉਹ ਕਹਿੰਦਾ ਕਿ ਅਸੀਂ ਸਥਿਤੀ ਬਦਲ ਸਕਦੇ ਪਰ ਅਸੀਂ ਉਸ ਹਾਲਾਤਾਂ ਉਸ ਸਥਿਤੀਆਂ ਨੂੰ ਜਿਵੇਂ ਐਕਸਪਲੇਨ ਕਰਦੇ ਆ ਉਸ ਦਾ ਕੀ ਮਤਲਬ ਕੱਢਦੇ ਆ ਇਹ ਜ਼ਰੂਰ ਬਦਲ ਸਕਦੇ ਆ ਇਸ ਕਰਕੇ ਜਿੰਨਾ ਵੀ ਡਿਪਰੈਸ਼ਨ ਆ ਜਾਂ ਕੋਈ ਵੀ ਮਾਨਸਿਕ ਰੋਗ ਹੋ ਗਿਆ ਚਿੰਤਾ ਤਣਾਅ ਇਸ ਚੀਜ਼ ਨੂੰ ਇਸ ਤਰੀਕੇ ਨਾਲ ਐਕਸਪਲੇਨ ਕਰ ਰਿਹਾ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰੀ ਵਾਈਫ ਚਲੀ ਗਈ ਛੱਡ ਕੇ ਮੈਂ ਕਿਵੇਂ ਰਹੂੰਗਾ ਕੱਲਾ ਮੈਨੂੰ ਕੌਣ ਲੋਕ ਕਹਿਣਗੇ ਔਰ ਉਸ ਦਾ ਆਊਟਕਮ ਉਦਾਸੀ ਆ ਜਾਊਗੀ ਸੈਡਨੈਸ ਆ ਜਾਊਗੀ ਔਰ ਦੂਸਰੇ ਪਾਸੇ ਕੋਰਤਾ ਉਹ ਇਸ ਨੂੰ ਇਸ ਤਰੀਕੇ ਨਾਲ ਐਕਸਪਲੇਨ ਕਰ ਰਿਹਾ ਉਹ ਕਹਿ ਰਿਹਾ ਕਿ ਬਹੁਤ ਵਧੀਆ ਹੋਈਆ ਮੈਨੂੰ ਫ੍ਰੀडम ਮਿਲ ਗਈ ਮੈਂ ਹੁਣ ਫ੍ਰੀ ਹੋ ਗਈ ਮੈਂ ਜੋ ਕਰ ਸਕਦੀ ਹਾਂ ਕਰੂੰਗੀ ਮੈਂ ਇਸ ਬੰਦੇ ਨਾਲ ਪਰੇਸ਼ਾਨ ਸੀ ਦੁਖੀ ਸੀ ਹੁਣ ਮੈਨੂੰ ਆਜ਼ਾਦੀ ਮਿਲ ਗਈ ਔਰ ਉਸ ਦਾ ਜਿਹੜਾ ਆਊਟਕਮ ਆਊਗਾ ਹੈਪੀਨੈਸ ਆਊਗਾ ਖੁਸ਼ੀ ਹੋਊਗਾ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਆ ਕੀ ਹੋਇਆ ਦੋਨਾਂ ਦਾ ਡਿਵੋਰਸ ਆ ਪਰ ਨਤੀਜੇ ਦੋਨੋਂ ਦੇ ਵੱਖ-ਵੱਖਰੇ ਨੇ ਇੱਕ ਬੰਦਾ ਖੁਸ਼ ਮਹਿਸੂਸ ਹੋ ਰਿਹਾ ਔਰ ਇੱਕ ਡਿਪਰੈਸ਼ਨ ਚ ਲਿਆ ਗਿਆ ਔਰ ਇਹਦਾ ਸਿੱਧਾ-ਸਿੱਧਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਅਸੀਂ ਐਕਸਪਲੇਨ ਕਰਦੇ ਆ ਉਸ ਦਾ ਮਤਲਬ ਕੱਢਦੇ ਆ ਜੋ ਮਤਲਬ ਉਸ ਦੇ ਅਸਾਈਨ ਕਰਦੇ ਆ ਉਹੀ ਮਤਲਬ ਤੈਅ ਕਰਦੇ ਨੇ ਕਿ ਅਸੀਂ ਕਿਸ ਤਰ੍ਹਾਂ ਦੀਆਂ ਫੀਲਿੰਗਸ ਚ ਜਾਵਾਂਗੇ ਉਹ ਡਿਪਰੈਸ਼ਨ ਬਣੂਗਾ ਜਾਂ ਉਹ ਖੁਸ਼ੀ ਬਣੂਗੀ ਸੋ ਇਸ ਕਰਕੇ ਜਾਂਦੇ ਜਾਂਦੇ ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਕੀ ਸਥਿਤੀਆਂ ਸਾਡੇ ਵਸਚ ਨਹੀਂ ਹੁੰਦੀਆਂ ਪਰ ਉਸ ਸਥਿਤੀਆਂ ਨੂੰ ਕਿਵੇਂ ਐਕਸਪਲੇਨ ਕਰਨਾ ਹੈ ਜਰੂਰ ਸਾਡੇ ਵਸਚਾ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਤਰੀਕੇ ਨਾਲ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਅਸੀਂ 네ਗੇਟਿਵ ਇਮੋਸ਼ਨਸ ਦਾ ਸਾਹਮਣਾ ਕਰਨ ਤੋਂ ਬਚ ਸਕੀਏ ਔਰ ਅਸੀਂ ਆਪਣੀ ਹਾਮ ਜ਼ਿੰਦਗੀ ਚ ਖੁਸ਼ੀ ਮਹਿਸੂਸ ਕਰ ਸਕੀਏ ਬਹੁਤ ਅਨੰਦ ਜੀ ਸੋ ਇਸਨ ਡਾਕਟਰ ਤਰਲੋਚਨ ਸਿੰਘ ਜੀ ਸਾਈਕੋਲੋਜਿਸਟ ਅਗਰ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਅਜੀਬਾ ਸਿੰਪਟਮ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਕਿ ਡਿਪਰੈਸ਼ਨ ਹੋ ਸਕਦਾ ਹੈ ਤਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੋ ਤੇ ਇਹ ਡਿਪਰੈਸ਼ਨ ਤੋਂ ਜ਼ਰੂਰ بچੋ ਸੋ ਵਦਰੀ ਅਪਡੇਟਸ ਜੁਰੂਰ ਦੈਂਟ ਟਾਈਮਸ ਨਾਲ ਕੈਮਰਾਮੈਨ ਸੁਤੰਤ ਮਠਾੜੋ ਦੇ ਨਾਲ ਕੁਦੀਪ ਸਿੰਘ ਲੰਮੀਰ ਦੇਣਾ